ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਜ਼ਿੰਦਾ ਦਿਲ ਵਪਾਰੀ ਮੁਹੰਮਦ ਯਾਸੀਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਯਾਸੀਨ ਸਾਹਿਬ ਨੇ ਇੱਕ ਦਫਾ ਫਿਰ ਦਿਲ ਖੁਸ਼ ਕੀਤਾ ਦੋਸਤਾਂ ਵਾਸਤੇ, ਮਿਹਨਤ ਕਰਕੇ ਨੌਂ ਟਾਪ ਕਲਾਸ ਖੂਬਸੂਰਤ ਜਾਨਵਰ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 2,20,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਬਾਈ ਯਾਸੀਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਈ ਯਾਸੀਨ ਸਾਹਿਬ ਕੀ ਹਾਲ ਹੈ? ਠੀਕ ਹੋ? ਸਭ ਹੈਰੀਅਤ ਹੈ? ਅੱਲਾਹ ਦਾ ਸ਼ੁਕਰ ਹੈ, ਕਰਮ ਹੈ, ਦੁਆਵਾਂ ਨੇ। ਤੁਸੀਂ ਸੁਣਾਓ ਭਾਈ ਫਰਾਜ਼, ਠੀਕ ਹੋ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਇਤਵਾਰ ਵਾਲੇ ਦਿਨ ਜਨਾਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਮਾਸ਼ਾਅੱਲਾ ਜੀ, ਤੁਹਾਡੀ ਵੀ ਕੋਸ਼ਿਸ਼ ਹੁੰਦੀ ਹੈ ਕੰਮ ਅੱਛਾ ਹੋਏ, ਦੋਸਤ ਵੀ ਤਾਵਨ ਕਰਦੇ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਬਡਿਆਣਿਆਂ ਤੋਂ 3 ਕਿਲੋਮੀਟਰ ਸੋਧਰੇ ਕੀ ਸਟਾਪ ਹੈ, ਚਵਿੰਡੇ ਤੋਂ 3 ਕਿਲੋਮੀਟਰ ਸੋਧਰੇ ਕੀ ਸਟਾਪ ਹੈ, ਅਤੇ ਉੱਥੋਂ ਸੋਧਰੇ ਕੀ ਸਟਾਪ ਤੋਂ ਕਾਰਪੇਟ ਰੋਡ ਨਿਕਲਦਾ ਅੱਲੜ ਨੂੰ, ਪਿੰਡ ਅੱਲੜ ਹੈ। ਇੱਥੋਂ ਜਿਹੜਾ ਸਿਆਲਕੋਟ ਵਾਲੋ ਇੱਥੋਂ ਆਉਣਾ ਚਾਹੁੰਦਾ ਭਾਗੋ ਵਾਲੀ ਸਾਈਡ ਤੋਂ, ਕੱਖਾਂ ਵਾਲੀ ਸਟਾਪ ਹੈ, 3 ਕਿਲੋਮੀਟਰ ਹੈ ਅੱਲੜ ਪਿੰਡ। ਇਹ ਵੀ ਰੋਡ ਸਾਰਾ ਬਣ ਗਿਆ, ਅਸੀਂ ਵੀ ਅਗਲੇ ਦਿਨ ਆਏ ਹਾਂ। ਇਹ ਜਿਹੜਾ ਸਿਆਲਕੋਟ ਤੋਂ ਭਾਗੋਆ ਰੋਡ ਹੈ, ਅੱਗੇ ਕੱਖਾਂ ਵਾਲੀ ਸਟਾਪ ਹੈ, ਉੱਥੋਂ ਵੀ ਕਾਰਪੇਟ ਰੋਡ ਆ ਰਿਹਾ, ਰੋਡ ਵੀ ਬਿਹਤਰ ਹੋ ਗਿਆ, ਯਾਨੀ ਕਿ ਦੋਵੇਂ ਕਾਰਪੇਟ ਰੋਡ ਨੇ। ਦੂਸਰਾ ਕਹਿਣ ਦੀ ਜ਼ਰੂਰਤ ਨਹੀਂ, ਸਮਝਦਾਰ ਹੋ, ਪੁਰਾਣੇ ਖਿਲਾੜੀ ਹੋ, ਵੀਡੀਓ ਦਾ ਸਿਲਸਿਲਾ ਸ਼ੁਰੂ ਕੀਤਾ, ਕੋਈ 5-7 ਵੀਡੀਓ ਅਪਲੋਡ ਕੀਤੀਆਂ ਨੇ। ਤੁਹਾਡੀ ਵੀ ਮਿਹਨਤ, ਕੋਸ਼ਿਸ਼ ਕਰਨੀ ਹੈ, ਜਾਨਵਰ ਅੱਛੇ ਨੇ, ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਕਰਦੇ, ਜਿੰਨਾ ਹੋ ਸਕਿਆ ਰੇਟ ਦੋਸਤਾਂ ਨੂੰ ਸੋਹਣਾ ਦੇਣਾ। ਇਨਸ਼ਾਅੱਲਾ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ ਮਾਲ ਵੇਚਣਾ, ਕਿਆ ਕਿਹੜਾ ਰੱਖਣਾ, ਅੱਲਾ ਦੇ ਹੁਕਮ ਨਾਲ। ਜਿਹੜੇ ਦੋਸਤ ਨੂੰ ਜਿਵੇਂ ਦੋਸਤ ਪਸੰਦ ਕਰਦੇ ਨੇ, ਪਹੁੰਚਦੇ ਏੜੀ ਦਾ ਮਾਲ। ਜ਼ਿੰਦਾਬਾਦ। ਚਾਚੇ ਹਰੀ ਮੌਜੂਦ ਨੇ ਮਾਸ਼ਾਅੱਲਾ ਜੀ, ਉਹਨਾਂ ਦੀ ਮਿਹਨਤ, ਉਹਨਾਂ ਦੀ ਮਿਹਨਤ ਦੀ ਵਜ੍ਹਾ ਤੋਂ ਮਾਸ਼ਾਅੱਲਾ ਜੀ ਡੇਰਾ ਚੱਲਦਾ ਪਿਆ। ਚਾਚਾ ਜੀ ਕੀ ਹਾਲ ਹੈ, ਠੀਕ ਹੋ? ਅੱਲਾ ਦਾ ਠੀਕ ਠਾਕ, ਭਰਾ ਸਾਹਿਬ ਤੁਸੀਂ ਨਾਲ ਠੀਕ ਹੋ? ਅੱਲਾ ਪਾਕ ਦਾ ਸ਼ੁਕਰ ਹੈ। ਕੋਈ ਦੋਸਤਾਂ ਨੂੰ ਪੈਗਾਮ ਦਵੋ। ਪਹਿਲੇ ਨੰਬਰ ਤੋਂ ਸਾਰਿਆਂ ਭਰਾਵਾਂ ਨੂੰ ਅਸਲਾਮ ਅਲੈਕੁਮ। ਦੂਸਰੇ ਨੰਬਰ ਇਨਸ਼ਾਅੱਲਾ ਤਾਲਾ ਜਿਹਨਾਂ ਦਾ ਅਸੀਂ ਕੰਮ ਕਰਾਂ ਸਾਫ਼ ਸੁਥਰਾ ਕਰਾਂਗੇ। ਜ਼ਿੰਦਾਬਾਦ। ਅੱਲਾ ਜੀ ਮੇਰੇ ਵੱਧ ਤੋਂ ਵੱਧ ਛੁੱਟ ਜਾਂਦੇ ਆਉਂਦੇ, ਠੀਕ ਹੈ? ਇੱਕ ਵਾਰੀ ਰਿਕਾਰਡ ਕਾਇਮ ਕਰਾਂ ਇਨਸ਼ਾਅੱਲਾ ਤਾਲਾ ਵੀਡੀਓ ਦਾ, ਸਾਰੇ ਭਰਾ ਵੇਖ, ਜਿਹੜਾ ਇੱਕ ਵਾਰੀ ਵੇਖ ਵਿਹਦਾ ਰਹੇ ਤਾਂ ਸਾਡੀ ਵੀਡੀਓ ਇਨਸ਼ਾਅੱਲਾ ਤਾਲਾ, ਠੀਕ ਹੈ? ਤੁਹਾਡੀ ਗੱਲ ਪੰਜਾਬ ਹੈ, ਇੱਕ ਵੀਡੀਓ ਅਪਲੋਡ ਹੋਈ ਸੀ ਤੇ ਸਾਡੇ ਇੱਕ ਦੋਸਤ ਨੇ ਉਹ ਵੀ ਵੀਡੀਓ ਬਣਾਉਂਦੇ ਨੇ, ਹਾਂਜੀ ਹਾਂਜੀ, ਹਾਲ ਮਕੀਮ ਹਾਲੈਂਡ ਨੇ, ਵੀਡੀਓਸ ਵੇਖਦੇ ਵੀ ਨੇ। ਉਹਨਾਂ ਸਪੈਸ਼ਲ ਜਿਹੜਾ ਨਾ ਮੈਨੂੰ ਮੈਸੇਜ ਕੀਤਾ ਸੀ, ਉਹਨਾਂ ਕਹਿੰਦਾ ਸਾਰੇ ਦੋਸਤ ਕੰਮ ਕਰਦੇ ਨੇ ਲੇਕਿਨ ਭਾਈ ਯਾਸੀਨ ਸਾਹਿਬ ਨੂੰ ਦੱਸ ਦਿੰਦੇ ਆ ਕਿ ਸ਼ੌਕ ਸੋਹਣਾ ਕਰਵਾਉਂਦੇ ਨੇ। ਇਨਸ਼ਾਅੱਲਾ ਤਾਲਾ, ਮੈਂ ਸ਼ੁਰੂ ਤੋਂ ਮੈਂ ਠਰਕਣਾ ਲੈਂਦਾ ਰਿਹਾ, ਠੀਕ ਹੈ? ਮੈਂ 4 ਲੱਖ, 4.5 ਲੱਖ ਤੋਂ ਨਹੀਂ ਛੱਡਦਾ, ਮੇਰੇ ਮੈਂ ਪਸੰਦ ਆ ਜੇ ਨਾ 4-4.5 ਲੱਖ ਦੇ ਆਪ ਹੀ ਨਹੀਂ ਮੈਂ ਛੱਡਦਾ ਮੈਂ, ਠੀਕ ਹੈ? ਫਿਰ ਚੰਗੇ ਮਾਲ ਦਾ ਚੰਗਾ ਹੀ ਮੁੱਲ ਹੁੰਦਾ, ਬਿਲਕੁਲ ਜੀ, ਠੀਕ ਹੈ? ਇਨਸ਼ਾਅੱਲਾ ਤਾਲਾ, ਜਿਹੜਾ ਖੜੇ ਖੁਸ਼ ਹੋਏਗਾ ਇਨਸ਼ਾਅੱਲਾ, ਫਿਰ ਹੀ ਦੁਬਾਰਾ ਪਰਤ ਕੇ ਆਏਗਾ ਸਾਡੇ ਕੋਲ ਇਨਸ਼ਾਅੱਲਾ ਤਾਲਾ। ਜਿਹੜਾ ਆਏ ਤਾਂ ਸਾਡਾ ਡੇਰੀ ਉਹਦੀ ਤਾਬਿਆਦਾਰੀ ਵੀ ਕਰਨ, ਜਿਵੇਂ ਮਾਲ ਆਖੇ ਤਾਂ ਜਾਇਜ਼ ਉਸ ਨੂੰ ਇਨਸ਼ਾਅੱਲਾ ਤਾਲਾ ਦਿਆਂ। ਜ਼ਬਰਦਸਤ, ਬਹੁਤ ਸ਼ੁਕਰੀਆ ਜੀ, ਕਰਾਈਏ ਸ਼ੌਕ, ਲਿਆਓ ਬਾਈ ਜਾਨ। ਲੋਏ ਦੋਸਤੋ, ਨੰਬਰ 1 ਤੇ ਆ ਗਈ ਮਾਸ਼ਾਅੱਲਾ। ਇਹ ਭਾਈ ਹਸਨੈਨ ਪਹਿਲੇ ਜਾਨਵਰ ਇੱਥੇ ਸਿੱਧਾ ਕਰਕੇ ਖਿਲਾਰਨਾ। ਲੋਏ ਦੋਸਤੋ, ਚਿਹਰਾ ਵੇਖ ਲੈਣਾ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗ ਸੇਮ ਹੈ, ਨੰਬਰ 1 ਤੇ ਆ ਗਈ ਹੈ ਜੀ। ਭਾਈ ਯਾਸੀਨ ਸਾਹਿਬ, ਸੂਈ ਹੈ ਤੇ ਕਿੰਨਵਾਂ ਸੂਆ ਦਾ? ਦੂਸਰਾ ਸੂਆ ਜੀ, ਖਿਲਾਰ ਭਾਈ ਜਾਨ, ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਜੀ। ਸਥਾਨ ਦੋਸਤਾਂ ਵੇਖ ਲੈਣੇ ਨੇ, ਭਾਈ ਚੱਕਰ ਲਵਾਇਓ ਜ਼ਰਾ, ਇਹ ਚੱਕਰ ਲਵਾ ਕੇ ਲਿਆਓ। ਦੂਸਰਾ ਵਜ਼ਾਹਤ ਕਰੀਏ ਕਿ ਭਾਈ ਯਾਸੀਨ ਸਾਹਿਬ ਦੀ ਹੋਬੀ ਹੈ ਡੱਕਾ ਵਗੈਰਾ ਕੋਈ ਨਹੀਂ ਹੁੰਦਾ, ਟਾਈਮ ਦੇ ਟਾਈਮ ਜਾਨਵਰ ਨੇ ਦੋਸਤਾਂ ਵੇਖ ਲੈਣੇ ਨੇ ਜੋ ਹਕੀਕਤ ਹੈ, ਰਿਐਲਿਟੀ ਦੋਸਤਾਂ ਦੇ ਸਾਹਮਣੇ। ਦੂਸਰਾ ਸੂਆ ਦਿਨ ਕਿੰਨੇ ਕੁ ਹੋ ਗਏ ਨੇ ਸੂਆਂ ਨੂੰ? ਕੱਲ ਦੀ ਸੂਈ ਹੈ ਜੀ, ਇਹ ਬੋਲੇ ਦੇ ਵੇਲੇ, ਠੀਕ ਹੈ? ਲੋ ਦੋਸਤੋ, ਕੱਲ ਦੀ ਸੂਈ ਹੈ ਭਾਈ, ਜਾ ਤੇ ਲੈ ਆਓ ਜੀ। ਫਿਲਹਾਲ ਬੋਲੇ ਤੇ ਭਾਈ ਯਾਸੀਨ ਕਿੰਨੀਆਂ ਚਵਾਈਆਂ ਕੀਤੀਆਂ ਨੇ ਤੇ ਕਿੰਨਾ ਕੁ ਬੋਲਿਆ ਦੇ ਕੋਲ? ਤੀਸਰੀ ਚਵਾਈ ਦੇ ਅੱਜ।
ਪਹਿਲੀਆਂ ਦੋ ਚਵਾਈਆਂ 'ਚ ਕੋਈ ਕਿੰਨਾ ਕੁ ਬੋਲਾ ਕੱਢਿਆ ਜੀ? ਪਹਿਲੀ ਚਵਾਈ 'ਤੇ ਕੋਈ 7-8 ਸਿਰ ਹੈ ਹਜੇ ਬੋਲਾ। ਅੱਛਾ, ਦੂਸਰੀ 'ਚ ਥੋੜ੍ਹਾ ਜਿਹਾ 5 ਸਿਰ ਕੱਢਿਆ ਬੋਲਾ। ਠੀਕ ਹੈ, ਯਾਨੀ ਪਹਿਲੀ 'ਚ ਕੋਈ 7 ਕੁ ਕਿਲੋ, ਦੂਸਰੀ 'ਚ ਕੋਈ 5 ਕੁ ਕਿਲੋ, ਸੋਆ ਦੂਸਰਾ। ਇਹ ਦੋ ਇਹਦੀਆਂ ਚਵਾਈਆਂ ਹੋਈਆਂ ਨੇ, ਤੀਸਰੀ ਚਵਾਈ ਇਹਦੀ ਹੋਣੀ ਹੈ। ਚਿਹਰਾ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਜੀ। ਬਾਈ ਜ਼ਰਾ ਸਿੱਧੀ ਕਰਕੇ ਖਿਲਾਰੋ ਤੁਹਾਨੂੰ ਦੋਸਤਾਂ ਨੂੰ। ਨਾੜੂ ਤਾਜ਼ਾ ਨਾਲ ਜਾ ਕੇ ਪਿੱਛੇ ਕੱਟੀ ਮਾਸ਼ਾਅੱਲਾ। ਨਾੜੂ ਦੋਸਤਾਂ ਵੇਖ ਲੈਣਾ, ਸਾਹਮਣੇ ਨਜ਼ਰ ਆਉਂਦਾ ਪਿਆ, ਝੋਟੀ ਨੰਬਰ 1 ਸੋਆ, ਦੂਸਰਾ ਪਿੱਛੇ ਤੇ ਕੱਟੀ, ਫਿਰ ਲਾਲ ਬੋਲੇ ਤੇ। ਬਾਈ ਜ਼ਰਾ ਸਿੱਧੀ ਕਰੋ, ਤੁਹਾਨੂੰ ਦੋਸਤਾਂ ਚੈੱਕ ਕਰਾ ਲਈਏ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਵੰਡ ਵੀ ਦੋਸਤਾਂ ਵੇਖ ਲੈਣੀ, ਧੁੰਨੀ ਦਾ ਵੀ ਨਿਸ਼ਾਨ ਹੀ ਹੈ, ਝੋਟੀ ਨੰਬਰ 1। ਇਹ ਮੁਕੰਮਲ ਨਜ਼ਾਰਾ ਕਰਨਾ, ਡੱਕਾ ਵਗੈਰਾ ਕੋਈ ਨਹੀਂ। ਲੈ ਚਲੋ ਬਾਈ, ਪਿੱਛੇ ਤੇ ਕੱਟੀ ਦੋਸਤਾਂ ਫਿਰ ਚੈੱਕ ਕਰ ਲੈਣੀ। ਦੋ ਜਿਹੜੀਆਂ ਚਵਾਈਆਂ ਹੋਈਆਂ ਨੇ ਭਾਈ, ਯਾਰ ਵਜ਼ਾਹਤ ਕਰ ਛੜੀਏ। ਟਾਈਮ ਨਹੀਂ ਹੋਇਆ ਹੱਡੀਆਂ ਮਈਆਂ ਦਾ ਚੋਣ ਦਾ ਨਾ। ਠੀਕ ਹੈ, ਸਵੇਰ ਕਿੰਨੇ ਵਜੇ ਚਵਾਈ ਕੀਤੀ ਹੈ? ਫਜਰ ਤੋਂ ਬਾਅਦ ਕਰਨੇ ਅਸੀਂ ਚਵਾਈ, ਕੋਈ ਤਕਰੀਬਨ 5:30-6 ਵਜੇ। ਅੱਜ 4:30 ਵਜੇ ਨਾਲ ਸ਼ੁਰੂ ਕਰ ਦਿਓ, ਫਜਰ ਤੋਂ ਬਾਅਦ ਸ਼ੁਰੂ ਕਰ। ਠੀਕ ਹੈ, 4:15 ਦਾ ਟਾਈਮ ਹੈ ਹੁਣ, ਇਸ ਟਾਈਮ ਵੀਡੀਓ ਬਣਦੀ ਹੈ ਭਾਈ ਜੀ। ਭਾਈ ਯਾਸੀਨ, ਝੋਟੀ ਨੰਬਰ 1 ਦਾ ਰੇਟ 2,70,000 ਦੀ, ਜਿਹੜੇ ਮੇਰੇ ਭਰਾ ਪਸੰਦ ਹੈ। 2,70,000, ਜ਼ਬਰਦਸਤ। ਨੰਬਰ 1 'ਤੇ ਚੈੱਕ ਕਰਾਈਏ ਕੀਮਤ, ਡਿਮਾਂਡ 2,70,000। ਅੱਗੇ ਆ ਗਈ ਝੋਟੀ ਨੰਬਰ 2, ਬੱਗੀ ਮੁੱਛ, ਬਿੱਲੀਆਂ ਅੱਖਾਂ, ਦੋਵਾਂ ਅੱਖਾਂ ਦੇ ਰੰਗ ਸੇਮ, ਅਤੇ ਸਿਹਤ ਵੀ ਦੋਸਤਾਂ ਵੇਖ ਲੈਣੀ, ਜਾਨਵਰ ਹੈ ਵੀ ਸਿਹਤਮੰਦ ਨੇ ਮਾਸ਼ਾਅੱਲਾ ਜੀ। ਅਭੀ ਸੂਈ ਹੈ ਭਾਈ ਯਾਸੀਨ? ਹਾਂਜੀ ਹਾਂਜੀ। ਕਿੰਨਵਾਂ ਸੂਆ ਸੂਈ ਜੀ? ਇਹ ਵੀ ਦੂਜਾ ਸੂਆ ਸੂਈ ਜੀ। ਦੂਸਰਾ ਸੂਆ ਸੂਈ ਹੈ, ਦਿਨ ਕਿੰਨੇ ਕੁ ਹੋ ਗਏ ਨੇ ਸੂਇਆਂ ਨੂੰ? ਹਰ ਝੋਟੀ ਦਾ ਐਡਾ ਪੁੱਠਾ ਨਹੀਂ ਹੁੰਦਾ, ਪੁੱਠਾ ਵੇਖੋ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਚੌੜਾ ਪੁੱਠਾ, ਚੰਗੀ ਸਿਹਤ। ਇਹ ਸੂਆ ਕਿੰਨਵਾਂ? ਦੂਸਰਾ ਦੱਸਿਆ ਜੀ? ਦੂਸਰਾ। ਦਿਨ ਕਿੰਨੇ ਕੁ ਹੋ ਗਏ ਨੇ ਸੂਇਆਂ ਨੂੰ? ਤੀਸਰਾ? ਠੀਕ ਹੈ, ਯਾਨੀ ਤਾਜ਼ੀਆਂ ਸੂਈਆਂ ਨੇ, ਤੀਸਰਾ ਦਿਨ ਨੇ। ਤੁਹਾਨੂੰ ਦੋਸਤਾਂ ਵੇਖ ਲੈਣੇ ਨੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਧੁੰਨੀ ਵੀ ਚੈੱਕ ਕਰ ਲੈਣੀ ਹੈ, ਸੋਆ ਦੂਸਰਾ, ਫਿਰ ਲਾਲ ਬੋਲੇ ਤੇ, ਤੇ ਸਿਹਤ ਚੈੱਕ ਕਰਨੀ ਹੈ ਮਾਸ਼ਾਅੱਲਾ ਜੀ। ਹੱਡੀ ਵੀ ਦੋਸਤਾਂ ਵੇਖ ਲੈਣੀ, ਪੁੱਠਾ ਚੈੱਕ ਕਰ ਲੈਣਾ, ਇਹ ਚੈੱਕ ਕਰੋ ਜੀ, ਲਿਬਾਸ ਫਿਰ ਵੇਖਣਾ। ਪਿੱਛੇ ਜਾ ਕੇ ਭਾਈ ਹੱਸਣਾ ਇਹਨਾਂ ਦੇ, ਕੱਟਾ ਜੇ ਪਿੱਛੇ ਦੇ ਕੱਟਾ, ਇਹ ਚੈੱਕ ਕਰੋ ਜੀ, ਸਾਹਮਣੇ ਕਰਿਓ ਭਾਈ ਜ਼ਰਾ ਜਾਣ। ਤੋ ਦੋਸਤੋ, ਪਿੱਛੇ ਦੇ ਕੱਟਾ, ਕੱਟਾ ਵੀ ਦੋਸਤਾਂ ਵੇਖ ਲੈਣਾ। ਭਾਈ ਯਾਸੀਨ ਕਿੰਨਾ ਬੋਲਿਆ ਇਹਦੇ ਕੋਲ? ਇਹਦੇ ਕੋਲ ਬੋਲਾ ਜੇ ਕੋਈ 9-10 ਕਿਲੋ। 9-10 ਕਿਲੋ? ਹਾਂਜੀ, ਆਉਣ ਜਾ ਕੇ ਦੱਸਣ ਦੀ ਲੋੜ ਨਹੀਂ, 9-10 ਕਿਲੋ ਬੋਲਾ ਅੱਲਾ ਦੇ ਕਮਨ। ਲਾ ਰੇ ਭਾਈ ਜਾਨ, ਆਹ ਚੈੱਕ ਕਰ ਲਓ ਜੀ, ਜੰਜਲ ਬਾਸ 12-13 ਕਿਲੋ ਵੀ ਕਹਿ ਸਕਦੇ ਹਾਂ। ਅੱਛੀ ਗੱਲ ਹੈ, ਕਿਉਂਕਿ ਜਿਹੜਾ ਦੋਸਤ ਆਏ ਤੇ ਆ ਕੇ ਇਤਰਾਜ਼ ਨਾ ਕਰੇ, ਜਿਹੜੀ ਚੀਜ਼ ਦੱਸੀ ਹੈ ਓਨੀ ਹੋਈ ਨਹੀਂ। ਫਿਲਹਾਲ ਜਿਹੜਾ ਬੋਲਿਆ, ਕਿਉਂਕਿ ਤੀਸਰਾ ਦਿਨ ਨੇ ਬੋਲੇ ਤੇ 9-10 ਕਿਲੋ ਬੋਲਿਆ। ਤੁਹਾਨੂੰ ਦੋਸਤਾਂ ਫਿਰ ਵੀ ਠੀਕ, ਇਹ ਚੈੱਕ ਕਰੋ ਮਾਸ਼ਾਅੱਲਾ, ਫਾਇਦਾ ਕੋਈ ਨਹੀਂ ਆਇਆ ਭਾਈ। ਢੋਰਿਆ ਜ਼ਰਾ, ਤੁਹਾਨੂੰ ਸਹੀ ਦੇ ਚਾਹੀਦਾ, ਬੇਟੀਆਂ ਸੋਹਣੀਆਂ ਮੀਆਂ ਘੱਟ ਜਾਂਦੀਆਂ ਨੇ ਜੀ, ਕਿਹਾ ਬਈ ਮੈਂ ਸੋਹਣੀ ਹੈ, ਠੀਕ ਹੈ? ਬਿਲਕੁਲ ਜੀ, ਚੀਜ਼ ਅੱਛੀ ਹੈ, ਖੂਬਸੂਰਤ ਹੈ ਮਾਸ਼ਾਅੱਲਾ ਜੀ। ਜੀ ਭਾਈ ਯਾਸੀਨ ਸਾਹਿਬ, ਇਹ ਮੱਝ ਨੰਬਰ 2 ਦਾ ਰੇਟ 2,95,000 ਜੀ। 2,95,000? 2,95,000 ਦੀ। ਠੀਕ ਹੈ ਜੀ, ਨੰਬਰ 2 ਤੇ ਚੈੱਕ ਕਰਾਈਏ ਕੀਮਤ, ਡਿਮਾਂਡ 2,95,000। ਅੱਗੇ ਆ ਗਈ ਨੰਬਰ 3 ਤੇ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਵੇਖ ਲੈਣਾ, ਹਾਈਟ ਵਗੈਰਾ ਚੈੱਕ ਕਰਨੀ ਹੈ। ਲਾਮ ਦੋਸਤਾਂ ਦੇ ਸਾਹਮਣੇ ਵਾਨਾ ਟੱਬ ਵਾਲਾ ਪਹਿਲਾਂ ਨੇ, ਹਾਂਜੀ ਪਹਿਲਾਂ ਜੀ, ਨੰਬਰ 3 ਤੇ ਪਹਿਲਾਂ ਝੋਟੀ ਮਾਸ਼ਾਅੱਲਾ ਜੀ। ਮੁਕੰਮਲ ਜ਼ਰਾ ਦੋਸਤਾਂ ਨਜ਼ਾਰਾ ਕਰਨਾ। ਭਾਈ ਯਾਸੀਨ ਕਿਦਾਂ ਦੀ ਸੂਈ ਹੈ? ਇਹਨੂੰ ਕਹਾਂ ਚੌਥਾ ਦਿਨ ਹੋਏ ਸੂਈ ਨੂੰ। ਅੱਛਾ, ਚੌਥਾ ਦਿਨ ਹੈ, ਪੁੱਠਾ ਦੋਸਤਾਂ ਵੇਖ ਲੈਣਾ, ਡੀ ਚੈੱਕ ਕਰ ਲੈਣੀ ਹੈ। ਇਹ ਵੀ ਸਿਹਤਮੰਦ ਦੇ ਪਲ ਦੋਸਤਾਂ ਦੇ ਸਾਹਮਣੇ, ਪਹਿਲਾਂ ਝੋਟੀ ਹੈ। ਨੰਬਰ 3 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਫਿਰ ਵੇਖਣਾ। ਕਿੰਨਾ ਬੋਲਿਆ ਭਾਈ ਇਹਦੇ ਕੋਲ? 10 ਕਿਲੋ ਹੈ ਜੀ। ਪਿੱਛੇ ਤੇ ਜਾ ਸੀ, ਜ਼ਿਆਦਾ ਜ਼ਾਇਆ ਹੋ ਗਿਆ। ਤੇ ਦੁੱਧ ਦੱਸਿਆ ਜੇ ਕਿੰਨਾ? 10 ਕਿਲੋ। 10 ਕਿਲੋ ਹੈ। ਠੀਕ, ਅੱਗੇ ਤੇ ਜਾ ਦੀ ਚਵਾਈ ਕਰਦੇ ਹੋ, ਹੁਣ ਤੁਸੀਂ ਚਵਾਈ ਕਰਨੀ ਹੈ ਦੋਸਤਾਂ ਨੂੰ, ਦੱਸ ਛੱਡਣਾ ਚਵਾਈ ਕਿੰਜ ਕੀਤੀ ਹੈ? ਲੋ ਦੋਸਤੋ, ਝੋਟੀ ਨੰਬਰ 3 ਸੀ ਮਾਸ਼ਾਅੱਲਾ, ਪਹਿਲਾਂ ਝੋਟੀ, ਖੂਬਸੂਰਤੀ ਦੋਸਤਾਂ ਦੇ ਸਾਹਮਣੇ, ਥਣ ਫਿਰ ਵੇਖਣੇ ਨੇ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਕਿੰਨੇ ਦੰਦ ਦੇ ਭਾਈ ਯਾਸੀਨ? ਛਿੱਗੀ ਜਾਂ ਕੰਨੀਆਂ ਤੇ ਕੱਢ ਗਈ? 6 ਦੰਦ। ਕੀ ਕੀਮਤ ਇਹਦੀ? ਝੋਟੀ ਦੇ ਬਾਅਦ ਮਹਿੰਗੀ 2,90,000 ਦੀ, ਜਿਹੜੇ ਭਰਾ ਨੂੰ ਪਸੰਦ ਹੋਏ, ਬੱਚਾ ਮਾਰਨ ਦੀ ਵਜ੍ਹਾ ਤੋਂ ਨਾ ਕੋਈ ਮੁੱਲ ਨਹੀਂ।
ਠੀਕ ਹੈ ਜਿਵੇਂ ਵੀ ਝੋਟੀ ਹੋਵੇ। 2,90,000 2,90,000 ਠੀਕ ਹੈ। ਅੱਗੇ ਆ ਗਈ ਹੈ ਜੀ ਨੰਬਰ 4 ਤੇ, ਕਰੋ ਹਾਂ ਭਾਈ ਜ਼ਰਾ ਸਿੱਧੀ ਨੰਬਰ 4 ਤੇ। ਮਾਸ਼ਾਅੱਲਾ ਜੀ, ਕਿਨਵਾ ਸੋਇਆ ਦਾ? ਦੂਜਾ। ਦੂਸਰਾ ਕਿਦਨ ਦੀ ਸੂਈ ਹੈ? ਤੇ ਕੱਲ ਦੀ ਸੂਈ ਦੇ। ਅਭੀ ਫਿਲਹਾਲ ਬੋਲੇ ਤੇ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ ਹੈ ਸੁਆ ਦੂਸਰਾ। ਸਾੜੀ ਇਹ ਜਾ ਰਹੇ ਨਾ, ਜਾਲ ਆ ਕੇ ਫਸਮ ਗਈ ਹੈ। ਅੱਛਾ, ਹਾਂਜੀ ਹਾਂਜੀ, ਜਾ ਕੇ ਤੇ ਨਜ਼ਦੀਕ ਹੀ ਬੰਨਿਆ ਹੋਣਾ। ਠੀਕ ਹੈ, ਸੁਬਾਹ ਦੂਸਰਾ ਝੋਟੀ ਨੰਬਰ 4 ਪੁੱਠਾ ਦੋਸਤਾਂ ਵੇਖ ਲੈਣਾ, ਮਾਸ਼ਾਅੱਲਾ ਜੀ ਲਿਬਾਸ ਦਾ ਸੋਹਣਾ। ਫਿਲਹਾਲ ਬੋਲੇ ਤੇ ਕਿੰਨਾ ਬੋਲਾ ਭਾਈ ਯਾਸੀਨ ਦੇ ਕੋਲ? ਇਹਦੇ ਕੋਲ 10-11 ਲੀਟਰ ਬੋਲਾ ਹੋਣਾ ਜੀ। 10-11 ਲੀਟਰ ਭਾਈ, ਚਿਹਰਾ ਸਾਹਮਣੇ ਕਰੋ। ਸਿੰਗੀਆਂ ਦੋਸਤਾਂ ਵੇਖ ਲੈਣੀਆਂ ਨੇ, ਕਾਲੀਆਂ ਅੱਖਾਂ, ਦੋ ਅੱਖਾਂ ਦੀ ਰੰਗ ਸੇਮ, ਚਿਹਰਾ ਬਰੀਕ। ਵੇਖੋ ਬੱਕੀ, ਵੇਖੋ ਮੁੱਠ ਬੱਕੀ ਹੈ। ਇਹਦੇ ਤੋਂ ਕੀ ਮੁਰਾਦ? ਇਹ ਬੱਕੀ ਛੋਟੀ ਹੁੰਦੀ ਹੈ, ਡੰਗਰ ਜਿਹੜਾ ਬਹੁਤ ਹੀ ਪਸੰਦ ਕਰਦੇ ਨੇ, ਵੱਖ ਜਿਹੜਾ ਹੁੰਦਾ ਉਹ ਲੋਕ ਪਸੰਦ ਕਰਦੇ। ਠੀਕ ਹੈ, ਲੋ ਦੋਸਤੋ ਥਾਣ ਫਿਰ ਵੇਖਣੇ ਨੇ, ਲਿਬਾਸ ਚੈੱਕ ਕਰਨਾ। ਨੰਬਰ 4 ਤੇ ਆ ਗਈ ਮਾਸ਼ਾਅੱਲਾ ਜੀ ਚੀਜ਼ ਅੱਛੀ ਹੈ ਦੋਸਤਾਂ ਦੇ ਸਾਹਮਣੇ। ਪਾਵਰ ਵਾਲੇ ਸੋਹਣੇ ਥਣ ਲੱਗੇ ਨੇ ਤੇ ਪੰਡ ਵੀ ਸੋਹਣੀ ਪਾਈ ਹੈ ਮਾਸ਼ਾਅੱਲਾ ਜੀ। ਬਾਈ ਜਾ ਤੇ ਲਾਈਓ ਪੁੱਠਾ ਦੋਸਤਾਂ, ਫਿਰ ਵੇਖ ਲੈਣਾ ਝੋਟੀ ਨੰਬਰ 4। ਫਿਲਹਾਲ ਬੋਲੇ ਤੇ ਮੁਕੰਮਲ ਅਦਾਰਾ ਕਰਨਾ, ਨਾ ਵੀ ਦੋਸਤਾਂ ਵੇਖ ਲੈਣੀ ਤੇ ਥਣ ਚੈੱਕ ਕਰਨੇ ਆ। ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਥਣ ਲੱਗੇ ਨੇ, ਆਹ ਚੈੱਕ ਕਰੋ ਜੀ, ਧੁਨੀ ਦਾ ਵੀ ਨਿਸ਼ਾਨ ਹੀ ਹੈ। ਮੁਕੰਮਲ ਦੋਸਤਾਂ ਨਜ਼ਾਰਾ ਕਰਨਾ ਤੇ ਆ ਵੀ ਸੀਲ ਸ਼ਰੀਫ ਹੈ। ਪਿੱਛੇ ਪਹਿਲਵਾਨ ਵੇਖੋ ਕੀ ਜਾ, ਪਿੱਛੇ ਪਿੱਛੇ ਤੇ ਘੱਟਾ ਬਰੀਡਰ ਪੂਰਾ ਮਾਸ਼ਾਅੱਲਾ ਜੀ, ਆਹ ਚੈੱਕ ਕਰ ਲਓ ਜੀ। ਭਾਈ ਯਾਸੀਨ ਸਾਹਿਬ ਬੋਲਾ ਕਿੰਨਾ ਦੱਸਿਆ? 12 ਲੀਟਰ। ਕੀ ਕੀਮਤ ਹੈ ਸਰ ਦੀ? 2,85,000 ਲੋ ਦੋਸਤੋ ਨੰਬਰ 4 ਤੇ ਚੈੱਕ ਕਰਾਈਏ ਕੀਮਤ, ਡਿਮਾਂਡ 2,85,000 ਪਿੱਛੇ ਤੇ ਕੱਟਿਆ, ਚੀਜ਼ ਅੱਛੀ ਮੁਕੰਮਲ ਨਜ਼ਾਰਾ ਕਰ ਲੈਣਾ ਤੇ 12 ਲੀਟਰ ਬੋਲਾ। ਅੱਗੇ ਆ ਗਈ ਹੈ ਜੀ ਨੰਬਰ 5 ਤੇ, ਬੁਰੇ ਰੰਗ ਚ ਮਾਸ਼ਾਅੱਲਾ ਜੀ, ਹੈ ਵੀ 5 ਕਿਲਿਆਣੇ। ਠੀਕ ਹੈ, ਚੌਵੇਂ ਪੈਰ ਤੋਂ ਚੇਨ। ਕਿਨਵਾ ਸੁਆ ਭਾਈ ਯਾਸੀਨ ਦਾ? ਇਹ ਤੀਸਰਾ ਸੁਆ ਦਾ, ਤੀਸਰਾ ਨੰਬਰ 5 ਤੇ ਚੈੱਕ ਕਰਾਨੇ ਆ ਫੇ। ਲਿਬਾਸ ਦੋਸਤਾਂ ਵੇਖ ਲੈਣਾ ਕਿਦਨ ਦੀ ਸੂਈ ਹੈ? ਇਹਨੂੰ ਕੋਈ ਅਜੇ 22-23 ਦਿਨ ਹੋ ਗਏ ਜੇ। ਠੀਕ ਹੈ, 22-23 ਦਿਨ ਹੋ ਗਏ ਨੇ, ਤੀਸਰਾ ਸੁਆ ਸੂਈ ਹੈ ਭਾਈ। ਇੱਥੇ ਖਿਲਾ ਰਿਹਾ ਜ਼ਰਾ ਖੂਬਸੂਰਤੀ ਦੋਸਤਾਂ ਵੇਖ ਲੈਣੀ, ਮੁਕੰਮਲ ਨਜ਼ਾਰਾ ਕਰਨਾ, ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ ਜਸਾਮਤ ਵੱਡੀ। 22-23 ਦਿਨ ਹੋ ਗਏ ਨੇ, ਦੁੱਧ ਕਿੰਨਾ ਦੇ ਕੋਲ? 10 ਕਿਲੋ 10 ਕਿਲੋ 10 ਕਿਲੋ ਦੁੱਧ। ਠੀਕ ਹੈ, 10 ਕਿਲੋ ਦੁੱਧ ਚਵਾਈ ਕਿੰਝ ਕਰਦੇ ਹੋ ਭਾਈ? ਪਹਾੜੇ ਤੇ ਜ਼ਿਆਦਾ ਮਰ ਗਿਆ? ਜਾ ਮਰ ਗਿਆ ਇਹਦਾ ਵੀ। ਠੀਕ ਹੈ, 10 ਕਿਲੋ ਦੁੱਧ ਦੋਵੇਂ ਟਾਈਮ ਚਵਾਈ ਇਹਦੀ ਪਹਾੜੇ ਤੋਂ ਹੁੰਦੀ ਵੀ ਸੁਬਾਹ ਤੀਸਰਾ, 22-23 ਦਿਨ ਹੋ ਗਏ ਨੇ। ਪੁੱਠਾ ਵੀ ਦੋਸਤਾਂ ਵੇਖ ਲੈਣਾ ਚੀਜ਼ ਅੱਛੀ ਹੈ ਦੋਸਤਾਂ ਦੇ ਸਾਹਮਣੇ। ਕੀ ਕੀਮਤ ਹੈ ਭਾਈ ਇਹਦੀ? 2,20,000 ਸਿਰਫ 2,20,000 ਜ਼ਿੰਦਾਬਾਦ। ਨੰਬਰ 5 ਤੇ ਚੈੱਕ ਕਰਾਈਏ ਕੀਮਤ, ਡਿਮਾਂਡ 2,20,000 ਅੱਗੇ ਆ ਗਈ ਜੀ ਨੰਬਰ 6 ਤੇ, ਟੋਰਾਂ ਭਾਈ ਜਾਨ ਅਭੀ ਸੂਈ ਹੈ? ਕਿੰਨਵਾ ਸੂਆ ਦਾ? ਦੂਸਰਾ ਸੂਆ ਸੂਈ ਹੈ ਝੋਟੀ ਨੰਬਰ 6 ਮਾਸ਼ਾਅੱਲਾ ਜੀ। ਓਏ ਦੋਸਤੋ ਜਾਨਵਰ ਜਿੰਨੇ ਵੀ ਨੇ ਖੂਬਸੂਰਤ ਨੇ, ਦੋਸਤਾਂ ਕੇ ਗੁਜ਼ਾਰਿਸ਼ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ। ਭਾਈ ਯਾਸੀਨ ਕਿਦਨ ਦੀ ਸੂਈ ਹੈ? 10 ਦਿਨ ਹੋ ਗਏ ਨਾ, ਬਟਨ ਵੀ ਦੋਸਤਾਂ ਵੇਖ ਲੈਣੇ ਨੇ, ਪੁੱਠਾ ਵੀ ਚੈੱਕ ਕਰਨਾ, ਸਿਹਤ ਚੰਗੀ ਹੈ ਭਾਈ। ਇੱਥੇ ਜ਼ਰਾ ਸਿੱਧੀ ਕਰਕੇ ਜ਼ਰਾ ਖਿਲਾ ਰਿਹੋ, ਚਿਹਰਾ ਵੀ ਸਾਹਮਣੇ ਕਰਿਓ ਦਾ। ਲੋ ਵੀ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ, ਠੀਕ ਹੈ, ਸ਼ਰਾਫਤ ਵੀ ਦੋਸਤਾਂ ਵੇਖ ਲੈਣੇ, ਠੀਕ ਹੈ, ਜ਼ਿੰਦਾਬਾਦ। ਸੁਬਾਹ ਦੂਸਰਾ ਨੰਬਰ 6 ਤੇ ਚੈੱਕ ਕਰਾਉਂਦੇ ਹਾਂ ਪਹਿਲਾਂ, ਚੈੱਕ ਕਰੋ ਮਾਸ਼ਾਅੱਲਾ ਜੀ। ਅੱਜ ਜਿਵੇਂ ਪੀੜੀ ਦੇ ਪਾਵੇ ਲੱਗੇ ਹੋਣ, ਖਾਣਾ ਦੀ ਵੰਡ ਦੋਸਤਾਂ ਵੇਖਣੀ ਹੈ, ਮੁਕੰਮਲ ਨਜ਼ਾਰਾ ਕਰਨਾ। ਠੀਕ ਹੈ, ਆਓ ਕੀ ਬਾਕੀ ਤੇ ਦੋਸਤਾਂ ਨੂੰ ਨਜ਼ਰ ਹੁੰਦਾ ਪਿਆ, ਕਿੰਨਾ ਇਹਦੇ ਕੋਲ ਦੁੱਧ ਹੈ? ਥਣਾ ਦੀ ਵੰਡ ਦੋਸਤਾਂ ਫਿਰ ਵੇਖਣੀ ਮਾਸ਼ਾਅੱਲਾ ਜੀ, ਚੀਜ਼ ਅੱਛੀ ਹੈ ਦੋਸਤਾਂ ਦੇ ਸਾਹਮਣੇ ਜੀ। ਭਾਈ ਯਾਸੀਨ ਸਾਹਿਬ ਝੋਟੀ ਨੰਬਰ 6 ਦਾ ਰੇਟ? 2,85,000 ਲੋ ਦੋਸਤੋ ਕੀਮਤ, ਡਿਮਾਂਡ 2,85,000 ਅੱਗੇ ਆ ਗਈ ਜੀ ਨੰਬਰ 7 ਤੇ। ਜਾਤ ਲਾਈਓ ਭਾਈ ਇਹਨੂੰ, ਜਾਤ ਲਾਈਓ।
ਕਿਨਵਾਂ ਸੂਆ? ਦੂਜਾ ਦੂਸਰਾ ਆ ਚੈੱਕ ਕਰੋ ਮਾਸ਼ਾਅੱਲਾ ਜੀ। ਕੀ ਕੋਈ ਬੋਲਾ ਕੱਢਿਆ? ਬੋਲਾ ਇਹਦੇ ਕੋਲ ਕੋਈ ਸਵੇਰੇ ਰਾਤੀ ਕੱਢਿਆ ਹਜੇ ਕੋਈ 5-6 ਲੀਟਰ ਮੁਕੰਮਲ ਚੁਆਈ ਨਹੀਂ ਕੀਤੀ। ਮੁਕੰਮਲ ਕਿ ਨਹੀਂ ਕੀਤੀ ਸਵੇਰੇ ਕੋਈ 5 ਲੀਟਰ ਕੱਢਿਆ ਬੋਲਾ। ਠੀਕ ਹੈ, ਯਾਨੀ ਕਿ ਦੋ ਇਹਦੀਆਂ ਚੁਆਈਆਂ ਹੋਈਆਂ ਨੇ। ਸੁਆ ਦੂਸਰਾ ਰਾਤ ਦੀ ਸੂਈ ਹੈ, ਨੰਬਰ 7 ਤੇ ਚੈੱਕ ਕਰਾਨੇ ਆਪੇ ਕੱਦ ਚੰਗਾ ਪਿੱਛੇ ਜਾ ਕੇ ਕੱਟਾ ਸੂ ਲੋ ਜੀ ਦੋਸਤ, ਐ ਚੈੱਕ ਕਰ ਲਓ ਜੀ ਪਿੱਛੇ ਦੇ ਕੱਟਾ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਬਿੱਲੀਆਂ ਅੱਖਾਂ, ਬੱਗੀ ਮੁੱਛ, ਖੂਬਸੂਰਤੀ ਵੇਖ ਲੈਣੀ, ਕੱਦ ਚੰਗਾ ਭਾਈ। ਇੱਥੇ ਜ਼ਰਾ ਸਿੱਧੀ ਕਰਕੇ ਗੱਲਾਂ ਰਿਓ ਸਾਰੇ, ਐ ਚੈੱਕ ਕਰੋ ਮਾਸ਼ਾਅੱਲਾ ਜੀ, ਪਹਿਲਵਾਨ ਚੀਜ਼ ਦੇ ਖੂਬਸੂਰਤੀ ਵੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ। ਝੋਟੀ ਨੰਬਰ 7 ਦੋ ਦੀਆਂ ਚਵਾਈਆਂ ਹੋਈਆਂ ਨੇ ਭਾਈ, ਆਰਾਮ ਵਜ਼ਾਹਤ ਕੀਤੀ ਹੈ ਕੋਈ 5-5 ਕਿਲੋ ਬੋਲਾ ਕੱਢਿਆ, ਥਾਣ ਵੀ ਦੋਸਤਾਂ ਵੇਖਣੇ ਨੇ, ਧੁੰਨੀ ਵੀ ਚੈੱਕ ਕਰ ਲੈਣੀ ਹੈ। ਠੀਕ ਹੈ ਭਾਈ ਹਸਨੈਨ, ਮੱਠਾ ਜਿਹਾ ਚੱਕਰ ਲਵਾ ਕੇ ਲਿਆਓ। ਝੋਟੀ ਨੰਬਰ 7 ਵੱਡੀ ਜੀ ਸਾਮਤ, ਕੱਦ ਚੰਗਾ, ਕੱਦਾਵਰ ਚੀਜ਼ ਮਾਸ਼ਾਅੱਲਾ ਜੀ। ਲਿਆਓ ਭਾਈ ਜਾਨ, ਪੁੱਠਾ ਦੋਸਤਾਂ ਫਿਰ ਵੇਖ ਲੈਣਾ, ਪਿੱਛੇ ਦੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤਾ ਜੀ। ਭਾਈ ਯਾਸੀਨ, ਝੋਟੀ ਨੰਬਰ 7 ਦਾ ਰੇਟ 2,95,000 ਰੁਪਏ। 2,95,000 ਲੋ ਦੋਸਤੋ, ਨੰਬਰ 7 ਤੇ ਚੈੱਕ ਕਰਾਈਏ ਕੀਮਤ, ਡਿਮਾਂਡ 2,95,000। ਅੱਗੇ ਲਿਆਓ ਭਾਈ ਜਾਨ, ਨੰਬਰ 8 ਤੇ ਗੱਬਨ ਤੇ ਗੱਬਨ ਲਿਆਓ, ਇੱਕ ਆ ਵੱਡਾ ਜਾਨਵਰ ਵੀ ਹੈ ਵੇ ਦੋਸਤਾਂ ਨੂੰ ਇਨਸ਼ਾਅੱਲਾ ਚੈੱਕ ਕਰਾ ਦਿੰਦੇ। ਟੋਟਲ 9 ਜਾਨਵਰ ਨੇ, ਗਾਂ ਚ ਕੋਈ ਨੀ ਫਿਰ? ਨਹੀਂ ਗਾਂ ਕੋਈ ਨਹੀਂ। ਠੀਕ, ਅੱਗੋ ਭਾਈ ਹਸਨੈਨ ਲਿਆਵੋ ਜੀ, ਨੰਬਰ 8 ਵਾਲੀ ਲਿਆਵੋ। ਟੋਟਲ 9 ਝੋਟੀਆਂ ਨੇ, ਅੱਗੇ ਆ ਗਈ ਜੀ ਨੰਬਰ 8 ਤੇ। ਉਹ ਕਮਰਾ ਬੰਦ ਹੈ ਨਾ ਬਰਾਂਡਾ, ਠੰਡ ਹੈ ਤੇ ਇਸ ਵਜ੍ਹਾ ਨਾਲ ਮਸਲ ਜਾਨਵਰ ਹੋਰ ਨਹੀਂ ਆਉਂਦੇ। ਚਲੋ ਕੋਈ ਨਹੀਂ, ਅੱਲਾਹ ਰੱਖੇ, ਉਹ ਵੀ ਤੁਹਾਡਾ ਤਿਆਰ ਹੋ ਗਿਆ। ਤਿਆਰ ਹੋ ਗਿਆ ਜੀ, ਮਿੱਠੇ ਲੱਗਦੇ ਨੇ। ਆ ਗੱਬਨ ਹੈ, ਅਗਲੇ ਬਾਅਦ ਇਨਸ਼ਾਅੱਲਾ ਆ ਜੀ ਗੱਬਨ ਜੀ। ਤੋਰੋ ਭਾਈ ਜਾਨ, ਝੋਟੀ ਨੰਬਰ 8 ਗੱਬਨ ਝੋਟੀ ਹੈ ਮਾਸ਼ਾਅੱਲਾ ਜੀ, ਹੈ ਹਲੇ ਕੱਚੀ ਹੈ। ਕਿੰਨੇ ਕੁ ਦਿਨ ਲੈਂਦੀ ਪਈ ਭਾਈ ਯਾਸੀਨ? 10-15 ਦਿਨ। ਪੁੱਠਾ ਵੀ ਦੋਸਤਾਂ ਵੇਖ ਲੈਣਾ, 10-15 ਦਿਨ ਲੈਂਦੀ ਪਈ, ਬਹਾਨਾ ਡੱਬਾ ਲਿਆ ਮਾਸ਼ਾਅੱਲਾ ਜੀ। ਤੇ ਸੁਆ ਕਿਨਵਾਨੇ ਸੋਹਣਾ? ਦੂਸਰਾ ਸੁਆ ਸੋਹਣਾ, ਚਿਹਰਾ ਦੋਸਤਾਂ ਵੇਖ ਲੈਣਾ, ਸਿੰਗੀਆਂ ਚੈੱਕ ਕਰਨੀਆਂ ਨੇ। ਝੋਟੀ ਨੰਬਰ 8 ਗੱਬਨ ਝੋਟੀ ਹੈ, 10-15 ਦਿਨ ਲੈਂਦੀ ਪਈ, ਜਿਹੜੇ ਦਿਨ ਦੱਸੀ ਜਾਣ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ, ਥਾਨ ਦੋਸਤਾਂ ਵੇਖਣੇ ਨੇ। ਬਹਾਨਾ ਡੱਬਾ ਲਾ ਮਾਸ਼ਾਅੱਲਾ ਜੀ, ਧੁੰਨੀ ਦਾ ਨਿਸ਼ਾਨ ਹੀ ਆਵੇ, ਇਹ ਚੈੱਕ ਕਰੋ ਜੀ। ਠੀਕ ਹੈ ਭਾਈ, ਟੋਰੋ ਲਓ ਜੀ ਦੋਸਤੋ, ਜੱਤ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ, ਗੱਬਨ ਝੋਟੀ ਜੀ। ਭਾਈ ਯਾਸੀਨ ਸਾਹਮਣੇ ਆ ਕੇ ਝੋਟੀ ਨੰਬਰ 8 ਦਾ ਰੇਟ ਲਾਓ ਜੀ। ਜਿਹੜੇ ਮੇਰੇ ਭਰਾ ਪਸੰਦ ਹੋਏ ਨਾ ਜੀ, ਕੱਚੀ ਹੈ, ਉਹ ਕੱਚੀ ਦਾ ਮੁੱਲ ਲਾਣਾ 2,55,000 ਦੀ। 2,55,000 2,55,000 ਦੀ। ਠੀਕ, ਅੱਗੋਂ ਫਿਰ ਤਿਆਰ ਹੋ ਗਈ, ਅਗਲੀ ਵੀਡੀਓ 'ਚ ਮੁੱਲ ਹੋਰ ਹੋਏਗਾ। ਆਹ ਬਿਲਕੁਲ ਜੀ, ਸੇਵਾ ਤੁਹਾਂ ਕਰਨੀ ਹੈ, ਫਿਲਹਾਲ ਕੱਚੀ ਹੈ ਅਤੇ ਮੌਜੂਦਾ ਰੇਟ 2,55,000। ਅੱਗੇ ਮਾਸ਼ਾਅੱਲਾ ਜੀ ਪਹਿਲਵਾਨ ਚੀਜ਼ ਆ ਗਈ ਅੱਜ ਦੀ ਵੀਡੀਓ ਦਾ ਰੋਬ, ਜ਼ਬਰਦਸਤ ਚੀਜ਼ ਹੈ ਮਾਸ਼ਾਅੱਲਾ, ਮੁਕੰਮਲ ਨਜ਼ਾਰਾ ਕਰਨਾ। ਝੋਟੀ ਨੰਬਰ 8 ਗੱਬਣ ਹੈ। ਠੀਕ ਹੈ ਮਾਸ਼ਾਅੱਲਾ ਜੀ, ਹਰ ਵੀਡੀਓ 'ਚ ਭਾਈ ਹਰੀ ਇਹੋ ਜਿਹਾ ਕੋਈ ਸ਼ੌਕੀਆ ਜਾਨਵਰ ਲੈ ਕੇ ਆਉਂਦੇ ਨੇ ਅਤੇ ਨਜ਼ਾਰਾ ਦੋਸਤਾਂ ਕਰ ਲੈਣਾ, ਲਿਬਾਸ ਸੋਹਣਾ ਕਰ ਗਈ ਹੈ ਗੱਬਣ। ਕਿਨਵਾਂ ਸੁਆ ਸੁਣਿਆ ਨੇ ਭਾਈ? ਦੂਸਰਾ ਸੁਆ ਨੇ ਸੁਣਿਆ ਮਾਸ਼ਾਅੱਲਾ ਜੀ। ਦਿਨ ਕਿੰਨੇ ਕੁ ਲੈਂਦੀ ਹੈ ਭਾਈ? 4-5 ਦਿਨ ਲੈਂਦੀ ਹੈ ਵੀ ਦੂਸਰਾ ਸੁਆ ਨੇ ਸੁਣਿਆ। ਝੋਟੀ ਨੰਬਰ 8 ਥਾਣ ਵੀ ਦੋਸਤਾਂ ਵੇਖ ਲੈਣੇ ਨੇ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਸੋਹਣਾ ਕੀਤਾ, ਮੁਕੰਮਲ ਨਜ਼ਾਰਾ ਕਰ ਲੈਣਾ, ਸ਼ੌਕੀਆ ਚੀਜ਼ ਹੈ ਮਾਸ਼ਾਅੱਲਾ ਦਾ, ਕਮੈਂਟ ਦੋਸਤਾਂ ਲਾਜ਼ਮੀ ਕਰਨਾ ਅਤੇ ਲਾਮ ਅਤੇ ਹਾਈਟ ਵੇਖ ਲੈਣੀ ਹੈ ਜੀ। ਝੋਟੀ ਨੰਬਰ 8 ਤੋਰੋ ਭਾਈ ਜਾਨ, ਲਓ ਜੀ ਦੋਸਤਾਂ ਦਾ ਚੈੱਕ ਕਰੋ ਜੀ। ਬਿਲਕੁਲ ਜੀ, ਪੁੱਠਾ ਵੀ ਦੋਸਤਾਂ ਵੇਖਣਾ, ਇਹ ਜਿਹੜਾ ਥੱਲੇ ਲਿਬਾਸ ਹੈ ਅਭੀ ਜ਼ਰਾ ਦੋਸਤਾਂ ਨੂੰ ਜ਼ਰਾ ਕਰਦੀ ਹਾਂ, ਬਹੁਤਾ ਜਿੱਦਾ ਕਰੇਗੀ। ਹਾਂ ਮਾਸ਼ਾਅੱਲਾ ਜੀ, ਇਹ ਚੈੱਕ ਕਰੋ,
ਜੀ ਬਾਈ ਯਾਸੀਨ ਕਰ ਲੈ ਠੀਕ ਹੈ। ਇਹ ਕੱਚੀ ਮੁੱਲ ਨਹੀਂ ਲਾਣਾ, ਅਗਲੇ ਅਗਲੀ ਵੀਡੀਓ ਲੜਾਈ ਤੇ ਮੁੱਲ ਲਾਵਾਂਗੇ। ਨਹੀਂ ਸਰ ਇਨਸ਼ਾਅੱਲਾ ਚੀਜ਼ ਚੀਜ਼ ਸ਼ੋਕੀ ਆ, ਜਿਹੜਾ ਦੋਸਤ ਰਾਬਤਾ ਕਰੇ ਉਹਦੇ ਨਾਲ ਕੋਈ ਪਿਆਰ ਮੁਹੱਬਤ ਕਰ ਲੈਣਾ ਗੱਬਾ ਨੇ, ਤੇ ਤੁਸੀਂ ਵੀ ਸਮਝੋ ਕਿ ਸ਼ੋਕੀਆ ਜਾਨਵਰ ਲੈ ਕੇ ਆਏ ਹੋ। ਤੇ ਅਗਰ ਕਿਸੇ ਦੋਸਤ ਦੀ ਸਮਝ 'ਚ ਹੁੰਦੀ, ਸਕਰੀਨ 'ਤੇ ਨੰਬਰ ਆ ਰਹੇ ਨੇ, ਦੋਸਤ ਰਾਬਤਾ ਕਰ ਸਕਦੇ ਨੇ। ਟੋਟਲ 9 ਜਾਨਵਰ ਹਨ ਮਾਸ਼ਾਅੱਲਾ ਦੀ ਖੂਬਸੂਰਤ ਦੋਸਤਾਂ ਫਿਰ ਵੇਖਣੀ। ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ? ਬਸ ਭਰਾਵਾਂ ਨੂੰ ਇਹ ਕਿ ਮੇਰੀ ਮਈ ਥੱਲੇ ਕੋਈ ਡੱਕਾ ਨਾ ਲੱਗਾ ਹੋਏਗਾ, ਜਿਹੜੀ ਭਰਾ ਮੇਰੇ ਨੂੰ ਕੰਪਲੇਨ ਹੋਏ ਮੇਰੇ 'ਤੇ, ਉਹ ਮੇਰੇ ਨਾਲ ਰਾਬਤਾ ਕਰ ਲਏ, ਕਰ ਸਕਦਾ ਹੈ। ਜਾਨਵਰ ਕਿਤੇ ਘੱਲਿਆ ਕੰਪਲੇਨ ਹੋਏ ਉਹ ਮੇਰੇ ਨਾਲ ਰਾਬਤਾ ਕਰੇ, ਮੈਂ ਉਹਦੀ ਕੰਪਲੇਨ ਹੱਲ ਕਰਾਂਗਾ, ਮੈਂ ਤਾਬੇਦਾਰ ਹਾਂ। ਜ਼ਿੰਦਾਬਾਦ। ਦਾ ਨਹੀਂ ਲਾਣਾ ਕਿਸੇ ਨੂੰ, ਜ਼ਬਰਦਸਤ। 19-20 ਦਾ ਵੀ ਮਾਸਾ ਫਰਕ ਨਹੀਂ ਰੱਖਣਾ ਕਿਸੇ ਭਰਾ ਨਾਲ। ਅੱਗੇ ਘੱਲੀਏ ਬੰਦਾ ਸੌਦੀਆ ਹੁੰਦਾ ਸੀ, ਮੈਂ ਘੱਲੀ ਉਹ ਬੰਦਾ ਬੜਾ ਖੁਸ਼, ਮੈਂ ਉਹਦਾ ਲੈ ਦੁੱਧ 13 ਸਿਰੇ ਦੁੱਧ ਕਰਦੀ 17 ਕਿਲੋ ਦੇ ਘਰ ਜਾ ਕੇ। ਮਾਸ਼ਾਅੱਲਾ ਹਾਂਜੀ ਜ਼ਬਰਦਸਤ। ਅਗਲੇ ਦਿਨ ਵੀ ਥੁਕਾਕ ਆਏ ਹੁਣ ਦੂਜੇ ਮਹੱਲੇਦਾਰ ਵੀ ਲੈ ਕੇ ਨੇ ਮਈ ਫੇਰ। ਸਰ ਮਜ਼ੇਦਾਰ ਇਹ ਹੀ ਨਾ ਵੇਖੋ, ਇੱਕ ਦਫਾ ਜਿਹੜਾ ਤੁਹਾਡੇ ਕੋਲ ਕਸਟਮਰ ਹੁੰਦਾ ਉਹ ਦੁਬਾਰਾ ਆਏ ਤੇ ਉਹਦੇ ਸਮਝੋ ਕਿ ਜ਼ਰੀਏ ਹੋਰ ਤੁਹਾਡੇ ਕੋਲ ਕਸਟਮਰ ਹੋਣ, ਅਸਲ ਕਾਮਯਾਬੀ ਤੁਹਾਡੀ ਹੋਵੇ। ਅਸਲ ਉਹ ਹੀ ਹੈ ਕਿ ਬੰਦਾ ਦਾ ਇੱਕ ਦਾ ਤੇ ਇੱਕ ਵਾਰੀ ਲਾਣਾ ਹੈ ਸਰ, ਉਹ ਇੱਕ ਵਾਰੀ ਲੱਗਣਾ, ਇੱਕ ਵਾਰੀ ਲੱਗਣਾ ਹੈ। ਤੇ ਜਿਹੜਾ ਆਪਣੇ ਦਾ ਕਿਸੇ ਨੂੰ ਲੱਗਦਾ ਉਹ ਆਪਣੇ ਆਪ ਨੂੰ ਲੱਗਦਾ ਹੁੰਦਾ ਹੈ, ਬੰਦਾ ਸੋਚਦਾ ਨਹੀਂ ਹੈ। ਹਾਂਜੀ ਗੱਲ ਹਾਂਜੀ ਭਰਾਵਾਂ ਵਾਸਤੇ ਸਲਾਮਾਂ ਲੈ ਕੇ ਭਰਾਵਾਂ ਨੂੰ, ਜਿਹੜੇ ਭਰਾ ਵੀਡੀਓ ਵੇਖਦੇ ਨੇ ਤੇ ਸ਼ੇਅਰ ਕਰਨ ਲਾਜ਼ਮੀ, ਤੇ ਫਰਾਜ਼ ਸਾਹਿਬ ਨੂੰ ਸਲਾਮ ਬੜੀਆਂ ਹੁੰਦੀਆਂ ਨੇ। ਚਲੋ ਜੀ ਕਿਤੇ ਲਈਏ, ਚਲੋ ਜੀ ਵਾਲੇਕੁਮ ਸਲਾਮ। ਜਿਹੜੇ ਦੋਸਤ ਸਲਾਮ ਅਰਜ਼ ਕਰਦੇ ਨੇ ਬਜ਼ਰੀਆ ਭਾਈ ਯਾਸੀਨ ਦੇ, ਜਾਂ ਜਿਹੜੇ ਦੋਸਤ ਵੀਡੀਓ ਵੇਖਦੇ ਨੇ, ਜਿੰਨੇ ਵੀ ਦੋਸਤ ਸਪੋਰਟ ਕਰਦੇ ਨੇ ਉਹਨਾਂ ਦੀ ਚਾਹਤ ਦਾ ਸ਼ੁਕਰੀਆ ਅਦਾ ਕਰਨੇ, ਕਿਉਂਕਿ ਉਹ ਵੀਡੀਓਜ਼ ਵੇਖਦੇ ਨੇ, ਖਰੀਦਦਾਰੀ ਕਰਦੇ ਨੇ, ਤੁਹਾਡਾ ਰਲ ਮਿਲ ਕੇ ਕੰਮ ਚੱਲਦਾ ਪਿਆ। ਨੰਬਰ 9 ਤੇ ਚੈੱਕ ਕਰਾਈਏ ਸ਼ੋਕੀਆ ਚੀਜ਼, ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਲਿਬਾਸ ਦੋਸਤਾਂ ਫਿਰ ਵੇਖ ਲੈਣਾ, ਥਨ ਚੈੱਕ ਕਰਨੇ ਨੇ, ਮਕਸਦ ਕਰਾ ਦਿਓ ਜੀ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ। ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।